ਸ਼ਿਵਸੈਨਾ ਬਾਲ ਠਾਕਰੇ ਦੇ ਮਵੀ ਕਲਾਂ ਬਲਾਕ ਦੇ ਪ੍ਰਧਾਨ ਦੀ ਲਾਸ਼ ਸਮਾਣਾ ਨੇੜੇ ਪਾਖੜਾ ਨਹਿਰ ਦੇ ਰਜਵਾਹੇ ਕੋਲ ਪਈ ਮਿਲੀ। ਸਿਟੀ ਪੁਲਿਸ ਸਮਾਣਾ ਨੂੰ ਸੂਚਨਾ ਮਿਲਣ 'ਤੇ ਤੁਰੰਤ ਘਟਨਾ ਵਾਲੀ ਥਾਂ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸਦੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਲਾਸ਼ ਤੋਂ ਕੁਝ ਦੂਰ 'ਤੇ ਮ੍ਰਿਤਕ ਦੀ ਇਨੋਵਾ ਕਾਰ ਪਾਖੜਾ ਦੇ ਕੰਢੇ ਖੜੀ ਮਿਲੀ। ਮ੍ਰਿਤਕ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਗੁਰਦੀਪ ਰਾਣਾ ਅੱਜ ਸਵੇਰੇ ਘਰ ਤੋਂ ਗਿਆ ਸੀ ਅਤੇ ਸ਼ਾਮ ਨੂੰ ਸਾਨੂੰ ਫੋਨ ਆਇਆ ਕਿ ਉਸਦੀ ਲਾਸ਼ ਸਮਾਣੇ ਨੇੜੇ ਪਈ ਹੈ। ਉਸਦਾ ਫਾਇਨਾਂਸ ਦਾ ਕੰਮ ਸੀ ਅਤੇ ਇਹ ਤੰਦਰੁਸਤ ਨੌਜਵਾਨ ਸੀ ਅਤੇ ਪਾਰਟੀ ਦੇ ਲਈ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਹੁਣ ਗਿਆ ਜੀ, ਵੀ ਐਂ ਕਰਕੇ ਐਂ ਹੋ ਗਿਆ ਤਾਂ ਅਸੀਂ ਤਾਂ ਗੱਡੀ ਦੇ ਗਿਆ ਨੋਵਾ ਗੱਡੀ ਜੀ, 15-15। ਕਿੰਨੀ ਉਮਰ ਹੈ ਇਹਦੀ? ਇਹਦੀ ਉਮਰ ਹੁਣ 25-26 ਸਾਲ ਜੀ। ਅਤੇ ਕੀ ਕੰਮ ਕਰਦਾ? ਕੰਮ ਤਾਂ ਹੋਈ ਜੀ, ਗੱਡੀ ਜੀ ਉਹ ਚਲਾਉਂਦਾ ਜੀ, ਜ਼ਮੀਨ ਵੇਚਤੀ ਸੀ ਜੀ, ਮੇਰੇ ਹਿਸਾਬ 'ਚ ਕੋਈ ਇਹਦੇ ਪੈਸੇ ਲੈ ਕੇ ਮੁੱਕਰ ਗਿਆ ਜੀ। ਕਿੰਨੇ ਪੈਸੇ ਲੈਣੇ ਸੀ ਇਹਨਾਂ ਬੰਦੇ ਨੇ? ਇਹਦਾ ਹੁਣ ਫੋਨਾਂ ਦੀ ਪਤਾ ਲੱਗੂਗਾ ਜੀ, ਕੌਲਾਂ ਕੱਢ ਕੇ ਸਾਨੂੰ ਤਾਂ। ਕਿੰਨਾ ਕੁ ਪੈਸੇ? ਪੈਸੇ ਨੇ ਜ਼ਮੀਨ ਕੁਛ ਇਹਨੇ ਦੇਣਾ ਸੀ ਜੀ, 40-50 ਲੱਖ ਰੁਪਏ ਦੀ ਜ਼ਮੀਨ ਵੇਚੀ ਜੀ ਇਹਨੇ। ਇਹਨੇ? ਹਾਂ। ਉਹ ਪੈਸਾ ਕਿਹਨੂੰ ਦਿਆ ਤਾ? ਪਤਾ ਨਹੀਂ ਜੀ, ਤਾਂ ਤੁਹਾਨੂੰ ਪਤਾ ਹੋਣਾ, ਫੋਨ ਕਾਲ ਕਰਾਉਣਾ ਕੀ ਪਤਾ ਲੱਗੂਗਾ। ਸਾਨੂੰ ਤਾਂ 2-3 ਦਿਨਾਂ ਤੋਂ ਇਹ ਕਹਿਣ ਲੱਗਿਆ ਸੀ ਵੀ ਮੇਰੇ ਕੋਲ ਪੈਸੇ ਲੈ ਕੇ ਮੁੱਕਰ ਗਿਆ। ਸਿਟੀ ਪੁਲਿਸ ਸਮਾਣਾ ਦੇ ਅਧਿਕਾਰੀ ਸੁਰਜਨ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂ, ਸ਼ਿਵਸੈਨਾ ਦਾ ਸੀ ਵੀ ਸਮਾਣੇ ਦਾ ਬਣਾਇਆ ਹੋਇਆ ਸੀ, ਸ਼ਿਵਸੈਨਾ ਦਾ ਪ੍ਰਧਾਨ ਬਣਾਇਆ ਹੋਇਆ ਸੀ। ਇਹਨੂੰ ਕੀ ਨਾਮ ਹੈ ਇਹਦਾ? ਇਹਦਾ ਨਾਮ ਗੁਰਦੀਪ ਸਿੰਘ ਹੈ, ਸਾਨੂੰ ਅਭਜੀਤ ਸਿੰਘ, ਪਿੰਡ ਮਵੀ ਕਲਾਂ ਦਾ ਹੈ। ਅਤੇ ਹੋਰ ਕੋਈ ਕਾਰਨ? ਕੋਈ ਮੰਨ ਲਓ ਭਰਾ ਕਹਿੰਦਾ ਇਸ ਕਾ ਵੀ 40-50 ਲੱਖ ਰੁਪਏ ਕਿਸ਼ਤ ਲੈਣੇ ਚਾਹੀਏ, ਕੋਈ ਕਾਰਵਾਈ? ਉਹ ਮੈਟਰ ਸਾਨੂੰ ਨਹੀਂ ਪਤਾ, ਉਹ ਪੁਰਾਣਾ ਮੈਟਰ ਹੋਣਾ ਇਹਨਾਂ ਦਾ, ਉਹਦੇ ਬਾਰੇ ਇਹਨਾਂ ਦੇ ਘਰ ਤੋਂ ਪਤਾ ਜਾਵੋ। ਇਹ ਲਾਸ਼ ਕਿੱਥੋਂ ਮਿਲੀ ਆਪਾਂ ਨੂੰ? ਲਾਸ਼ ਆਪਣਾ ਪਟਿਆਲਾ ਰੋਡ 'ਤੇ ਫੈਕਟਰੀ ਦੇ ਕੋਲ ਸੂਏ ਦੇ ਨਾਲ ਪਈ ਸੀ ਇਹ। ਅਤੇ ਕੋਈ ਗੱਡੀ ਕੋਈ ਸੀ ਇਹਦੇ ਕੋਲ? ਗੱਡੀ ਹੈਗੀ ਸੀ, ਗੱਡੀ ਭਖੜਾ ਨਹਿਰ ਦੇ ਬਲੀਏ ਸਾਈਡ 'ਤੇ ਖੜੀ ਸੀ। ਕਿਹੜੀ ਗੱਡੀ ਸੀ? ਅਨੋਵਾ ਗੱਡੀ ਸੀ। ਸਮਾਣਾ ਤੋਂ ਆਜ਼ਾਦ ਟੀਵੀ ਨਿਊਜ਼ ਲਈ ਵਿਭੂ ਬਾਂਸਲ ਦੀ ਰਿਪੋਰਟ।